ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਆਪਣੇ ਕਰੀਅਰ ਦੇ ਇੱਕ ਖਾਸ ਮੂਮੈਂਟ ਨੂੰ ਜੀ ਰਹੀ ਹੈ। ਇਹ ਉਹ ਮੂਮੈਂਟ ਹੈ ਜੋ ਕਿ ਜ਼ਿਆਦਾਤਰ ਔਰਤਾਂ ਜੀਣਾ ਚਾਹੁੰਦੀਆਂ ਨੇ। ਜਦੋਂ ਇੱਕ ਬੱਚੇ ਨੂੰ ਜਨਮ ਦੇਣ ਦੀਆਂ ਝਾਰੀਆਂ ਹੁੰਦੀਆਂ ਨੇ। ਜਿਹਾ ਅਦਾਕਾਰਾ ਰੁਬੀਨਾ ਬਾਜਵਾ ਪ੍ਰੈਗਨੈਂਟ ਹੈ। ਇਸ ਦੀ ਜਾਣਕਾਰੀ ਉਹਨਾਂ ਦੇ ਪਤੀ ਗੁਰਪਖ ਸਿੰਘ ਚਾਹਲ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਕਿ ਉਹਨਾਂ ਨੇ ਰੁਬੀਨਾ ਬਾਜਵਾ ਦੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਦੇ ਵਿੱਚ ਰੁਬੀਨਾ ਬਾਜਵਾ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ। ਗੁਰਪਖ ਸਿੰਘ ਚਾਹਲ ਨੇ ਕੁਝ ਖਾਸ ਲਾਈਨਾਂ ਰੁਬੀਨਾ ਲਈ ਲਿਖੀਆਂ ਜਿਦੇ ਵਿੱਚ ਉਹਨਾਂ ਨੇ ਕਿਹਾ 2024 ਜੋ ਕਿ ਸਭ ਕੁਝ ਬਦਲਣ ਵਾਲਾ ਹੈ ਮੇਰਾ ਪਿਆਰ ਰੁਬੀਨਾ ਤੁਸੀਂ ਮੈਨੂੰ ਬਰਥਡੇ ਤੇ ਕਾਫੀ ਗਿਫਟ ਦਿੱਤੇ ਜੋ ਕਿ ਮੈਂ ਕਦੀ ਇਮੇਜਿਨ ਨਹੀਂ ਕੀਤੀ ਸੀ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਇੱਕ ਹੋਰ ਸਾਲ ਅੱਗੇ ਵਧ ਗਿਆ ਹਾਂ ਤਾਂ ਮੈਂ ਸਿਰਫ ਆਪਣਾ ਬਰਥਡੇ ਹੀ ਸੈਲੀਬ੍ਰੇਟ ਨਹੀਂ ਕਰ ਰਿਹਾ ਮੈਂ ਉਸ ਐਡਵੈਂਚਰ ਨੂੰ ਵੀ ਸੈਲੀਬ੍ਰੇਟ ਕਰਨ ਜਾ ਰਿਹਾ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਰੁਬੀਨਾ ਤੁਸੀਂ ਹਮੇਸ਼ਾ ਰੌਕ ਕਰਦੇ ਹੋ ਮਾਈ ਪਾਰਟਨਰ ਇਨ ਕ੍ਰਾਈ ਤੇ ਹੁਣ ਤੁਸੀਂ ਇੱਕ ਬਿਹਤਰ ਮਾਂ ਬਣਨ ਜਾ ਰਹੇ ਹੋ ਮੈਂ ਰੋਜ਼ ਤੁਹਾਡੀ ਸਟਰੈਂਥ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਸਪੈਸ਼ਲੀ ਤਾਂ ਜਦ ਤੁਸੀਂ ਇੱਕ ਨੰਨੀ ਜਾਨ ਉਹ ਆਪਣੇ ਨਾਲ ਕੈਰੀ ਕੀਤਾ ਹੋਇਆ ਸਾਡੇ ਕੋਲ ਇੰਤਜ਼ਾਰ ਨਹੀਂ ਹੋ ਰਿਹਾ ਇਸ ਫੈਮਿਲੀ ਮੈਂਬਰ ਨੂੰ ਇੰਟਰੋਡਿਊਸ ਕਰਨ ਦੇ ਵੇਲੇ ਰੁਬੀਨਾ ਬਾਜਵਾ ਦੀ ਡਿਲੀਵਰੀ ਕਦ ਹੋਏਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਹਰਗੁਪਤ ਸਿੰਘ ਚਾਹਲ ਤੇ ਰੁਬੀਨਾ ਬਾਜਵਾ ਆਪਣੇ ਸ ਖਾਸ ਮੂਮੈਂਟ ਨੂੰ ਜੀਰੇ ਨੇ ਤੇ ਸੈਲੀਬ੍ਰੇਟ ਕਰ ਰਹੇ ਨੇ ਖਾਸ ਕਰਕੇ ਗੁਰਬਖਸ਼ ਸਿੰਘ ਚਾਹਲ ਵੇਟ ਨਹੀਂ ਕਰ پا ਰਹੇ ਪਿਤਾ ਬਨਨ ਲਈ ਜ਼ਿਕਰ ਯੋਗ ਹੈ ਕਿ ਰੁਬੀਨਾ ਬਾਜਵਾ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਨੀਰ ਬਾਜਵਾ ਵੀ ਤਿੰਨ ਬੇਟੀਆ ਦੀ ਮਾਂ ਤੇ ਉਹਨਾਂ ਦੀ ਛੋਟੀ ਪੈਨ ਰੁਬੀਨਾ ਬਾਜਵਾ ਵੀ ਜਲਦੀ ਇੱਕ ਬੱਚੇ ਨੂੰ ਜਨਮ ਦੇਗੀ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤੇ ਰੁਬੀਨਾ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਰਗੀ ਫਿਲਮ ਦੇ ਨਾਲ ਕੀਤੀ ਸੀ ਇਸ ਤੋਂ ਇਲਾਵਾ ਰੁਬੀਨਾ ਨੇ ਲਾਮਾ ਫੇਰੇ ਬਿਊਟੀਫੁੱਲ ਬਿੱਲੋ ਮੁੰਡਾਈ ਚਾਹੀਦਾ ਆਟੇ ਦੀ ਚਿੜੀ ਤੇਰੀ ਮੇਰੀ ਗੱਲ ਬਣ ਗਈ ਬੂਹੇ ਬਾਰੀਆਂ ਨਾਨਕਾ ਮੇਲ ਤੇ ਕਈ ਹੋਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈੱਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ ਟਰਬ ਰੱਖਾ